ਦੀਵਾਲੀ ਬਹੁਤ ਹੀ ਚਾਅ ਨਾਲ ਮਨਾਉਂਦੇ ਹਾਂ ਅਸੀਂ ਇਹ ਤਿਉਹਾਰ। ਹਰ ਕਿਸੇ ਨੂੰ ਬੇਸਬਰੀ ਨਾਲ ਇੰਤਜ਼ਾਰ ਵੀ ਹੁੰਦਾ ਹੈ ਅਤੇ ਇਸ ਵਾਰ ਫਿਰ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਰਹੀਆਂ ਨੇ। ਦੀਵਾਲੀ ਆਉਣ ਵਾਲੀ ਹੈ ਅਤੇ ਫਿਰ ਹਰ ਵਾਰ ਵਾਲੀ ਕਹਾਣੀ ਬਣ ਜਾਏਗੀ। ਉਸੇ ਤਰ੍ਹਾਂ ਹੀ ਪ੍ਰਦੂਸ਼ਣ, ਸਾਹ ਲੈਣ 'ਚ ਦਿੱਕਤ, ਅੱਖਾਂ 'ਚ ਜਲਨ, ਫੇਫੜਿਆਂ ਦੀਆਂ ਬਿਮਾਰੀਆਂ, ਕਈ ਦਿਨਾਂ ਤੱਕ ਜ਼ਹਿਰੀਲੀ ਹਵਾ ਅਤੇ ਪਤਾ ਨਹੀਂ ਹੋਰ ਕੀ। ਪਿਛਲੇ ਸਾਲਾਂ ਦੇ ਰਿਕਾਰਡ ਦੇਖ ਲਈਏ ਤਾਂ ਦਿਲ ਡਰ ਜਿਹਾ ਜਾਂਦਾ ਹੈ। ਇੱਕ ਦਿਨ 'ਚ ਕਿੰਨੀਆਂ ਹੀ ਅਗਜਨੀ ਦੀਆਂ ਘਟਨਾਵਾਂ ਹੋ ਜਾਂਦੀਆਂ ਨੇ ਅਤੇ ਜਾਨੀ ਮਾਲੀ ਨੁਕਸਾਨ ਹੋ ਜਾਂਦਾ। ਇੱਕ ਦਿਨ 'ਚ ਕਈ ਗੁਣਾ ਪ੍ਰਦੂਸ਼ਣ ਵੀ ਵੱਧ ਜਾਂਦਾ ਅਤੇ ਕਈ ਪਸ਼ੂ ਪੰਛੀ ਵੀ ਜਾਨ ਗੁਆ ਬੈਠਦੇ ਨੇ। ਕੀ ਵਾਕਿਆ ਹੀ ਇਹ ਖੁਸ਼ੀਆਂ ਦਾ ਤਿਉਹਾਰ ਹੈ? ਅਸਲ ਦੀਵਾਲੀ ਹੈ ਕੀ? ਇਸ ਬਾਰੇ ਚਰਚਾ ਜਾਰੀ ਰਹੇਗੀ, ਪਰ ਉਸ ਤੋਂ ਪਹਿਲਾਂ ਆਓ ਸੁਣੀਏ ਕਿ ਇਸ ਵਾਰ ਯੂਥ ਦੀਵਾਲੀ ਕਿਵੇਂ ਮਨਾ ਰਿਹਾ ਹੈ। Diwali is a festival of lights and colors with beautiful bright colors all around the sky. The what I feel is the tradition of Diwali, which is going on in bursting crackers, it actually gives a lot of pollution to us as a gift on Diwali. So how I celebrate is I prefer sky lamps rather than crackers. Sky lamps uda ke diye jala ke, and I just enjoy that light rather than enjoying the light of the crackers and the sound of the crackers. And even the dogs get so afraid because of that noise, because they cannot handle that. So it's a request and an advice not to use crackers on Diwali. Play safe Diwali, have a nice eco-friendly Diwali. ਤੇ ਹੁਣ ਡਾਕਟਰ ਸਾਹਿਬ ਦੀ ਜ਼ੁਬਾਨੀ ਕਿ ਦੀਵਾਲੀ ਤੇ ਚਲਾਏ ਜਾਂਦੇ ਪਟਾਕਿਆਂ ਨਾਲ ਕਿੰਨੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਨੇ। ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ, ਦੀਵਾਲੀ ਦਾ ਤਿਉਹਾਰ ਆ ਰਿਹਾ ਜੋ ਕਿ ਸਾਡੇ ਭਾਰਤ ਵਿੱਚ ਬਹੁਤ ਹੀ ਖੁਸ਼ੀਆਂ ਨਾਲ ਮਨਾਇਆ ਜਾਂਦਾ, ਪਰ ਅਸੀਂ ਦੇਖ ਰਹੇ ਹਾਂ ਕੁਝ ਕੁ ਸਾਲਾਂ ਤੋਂ ਜੋ ਅਸੀਂ ਪਟਾਕੇ ਇਸ ਦੀਵਾਲੀ ਤੇ ਯੂਜ਼ ਕਰਦੇ ਹਾਂ ਉਹਨਾਂ ਦੇ ਬਹੁਤ ਹੀ ਐਡਵਰਸ ਇਫੈਕਟ ਸਾਡੇ ਸਾਹਮਣੇ ਆ ਰਹੇ ਨੇ। ਇਸ ਦੇ ਧੂੰਏ ਵਿੱਚ ਕਈ ਇੱਦਾਂ ਦੇ ਕੈਮੀਕਲਸ ਨਿਕਲਦੇ ਹਨ ਜੋ ਕਿ ਬਹੁਤ ਹੀ ਸਾਡੀ ਸਿਹਤ ਲਈ ਹਾਨੀਕਾਰਕ ਹਨ। ਕੁਛ ਇੱਕ ਪ੍ਰੋਡਕਟਸ ਇੱਦਾਂ ਦੇ ਹਨ, ਕੁਛ ਇੱਕ ਕੈਮੀਕਲਸ ਇੱਦਾਂ ਦੇ ਹਨ ਜੋ ਈਵਨ ਸਾਨੂੰ ਲੰਗਸ ਦਾ ਕੈਂਸਰ ਤੱਕ ਕਰ ਦਿੰਦੇ ਹਨ। ਛੋਟੇ ਬੱਚਿਆਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਖਾਸ ਤੌਰ 'ਤੇ ਅੱਜ ਕੱਲ੍ਹ ਅਸਥਮਾ ਦੀ ਪ੍ਰੋਬਲਮ ਬਹੁਤ ਵੱਧ ਰਹੀ ਹੈ, ਜਿਨ੍ਹਾਂ ਦੇ ਵਿੱਚ ਇੱਕ ਇਹਨਾਂ ਵਿੱਚੋਂ ਪਟਾਕਿਆਂ ਵਿੱਚੋਂ ਨਿਕਲਣ ਵਾਲਾ ਧੂੰਆਂ ਸਭ ਤੋਂ ਵੱਡਾ ਕਾਰਨ ਹੈ ਜੀ। ਬਾਕੀ ਹੋਰ COPD ਜੀ, ਹੋਰ ਸਾਹ ਦੇ ਨਾਲ ਰਿਲੇਟਡ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਰਹੀਆਂ ਹਨ ਜੋ ਕਿ ਇਸ ਪਟਾਕਿਆਂ ਦੇ ਧੂੰਏ ਵਿੱਚ ਕੈਮੀਕਲਸ ਹੁੰਦੇ ਹਨ ਉਹਨਾਂ ਦੇ ਨਾਲ ਹੋ ਰਹੀਆਂ ਹਨ। ਅੱਜ ਕੱਲ੍ਹ ਦੇ ਚਾਈਨੀਜ਼ ਪਟਾਕੇ ਆ ਰਹੇ ਹਨ, ਇਹ ਵੈਸੇ ਵੀ ਬਹੁਤ ਹਾਰਮਫੁਲ ਹਨ ਜੀ। ਅਸੀਂ ਦੇਖ ਰਹੇ ਹਾਂ ਆਪਣੇ ਕਲੀਨਿਕਸ, ਆਪਣੇ ਹੋਸਪਿਟਲ ਦੇ ਵਿੱਚ ਬੈਠ ਕੇ ਸਾਡੇ ਤੋਂ ਬਹੁਤ ਸੀਵੀਅਰ ਬਰਨ ਕੇਸਿਸ ਆ ਰਹੇ ਹਨ ਜੋ ਕਿ ਪਟਾਕੇ ਦੇਖਣ ਨੂੰ ਛੋਟੇ ਸਾਈਜ਼ ਦੇ ਹਨ ਪਰ ਹੈ ਬਹੁਤ ਪਾਵਰਫੁਲ। ਬੱਚੇ ਅਕਸਰ ਇਹਨਾਂ ਨੂੰ ਸਾਈਜ਼ ਵਗੈਰਾ ਦਾ ਦੇਖ ਕੇ ਲੈ ਤਾਂ ਜਾਂਦੇ ਹਨ ਘਰ, ਪਰ ਵਿਦਾਊਟ ਪੇਰੈਂਟਸ ਗਾਈਡੈਂਸ ਜਦੋਂ ਵੀ ਯੂਜ਼ ਕਰਦੇ ਹਨ ਤਾਂ ਉਹਨਾਂ ਨੂੰ ਬਹੁਤ ਪ੍ਰੋਬਲਮ ਹੁੰਦੀ ਹੈ। ਬਹੁਤ ਸੀਵੀਅਰ ਬਰਨ ਕੇਸਿਸ ਅਸੀਂ ਕੁਛ ਕੁ ਸਾਲਾਂ ਤੋਂ ਦੇਖ ਰਹੇ ਹਾਂ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਆਪ ਸਭ ਨੂੰ ਮੈਂ ਅਪੀਲ ਕਰਦਾ ਹਾਂ ਕਿ ਆਪਾਂ ਇਹ ਪਟਾਕਿਆਂ ਤੋਂ ਦੂਰ ਇੱਕ ਗ੍ਰੀਨ ਦੀਵਾਲੀ ਮਨਾਈਏ। ਦੀਵਾਲੀ ਖੁਸ਼ੀਆਂ ਦਾ ਤਿਉਹਾਰ ਹੈ, ਖੇੜਿਆਂ ਦਾ ਤਿਉਹਾਰ ਹੈ, ਪਰ ਜਦ ਇਸ ਖੁਸ਼ੀਆਂ ਦੇ ਦਿਹਾੜੇ ਹਵਾ ਵਿੱਚ ਅਸੀਂ ਜ਼ਹਿਰ ਘੋਲ ਦਿੰਦੇ ਹਾਂ ਤਾਂ ਕੀ ਸਾਡੀਆਂ ਖੁਸ਼ੀਆਂ 'ਤੇ ਦਾਗ ਜਿਹਾ ਨਹੀਂ ਲੱਗ ਜਾਂਦਾ? ਜੀ, ਇਹ ਜ਼ਹਿਰ ਹੀ ਹੈ ਜੋ ਅੰਧਾਧੁੰਦ ਚਲਾਏ ਪਟਾਕਿਆਂ ਦੇ ਪ੍ਰਦੂਸ਼ਣ ਨਾਲ ਅਸੀਂ ਹਵਾ 'ਚ ਫੈਲਾ ਦਿੰਦੇ ਹਾਂ ਅਤੇ ਫਿਰ ਸਾਹ ਲੈਣਾ ਵੀ ਮੁਹਾਲ ਹੋ ਜਾਂਦਾ ਅਤੇ ਫਿਰ ਕਈ ਦਿਨਾਂ ਤੱਕ ਇਹ ਪ੍ਰਦੂਸ਼ਣ ਸਾਡੀ ਕਾਇਆ ਨੂੰ ਅੰਦਰੋਂ ਅੰਦਰੀ ਖਾਂਦਾ ਰਹਿੰਦਾ। ਸੋਚਣ ਵਾਲੀ ਗੱਲ ਹੈ ਕਿ ਇੰਝ ਪ੍ਰਦੂਸ਼ਣ ਫੈਲਾ ਕੇ ਅਸੀਂ ਖੁਸ਼ੀਆਂ ਦੇ ਤਿਉਹਾਰ ਮੌਕੇ ਖੁਸ਼ੀਆਂ ਕਿਵੇਂ ਵੰਡ ਸਕਦੇ ਹਾਂ? ਕਈਆਂ ਨੂੰ ਸਾਹ ਦੀ ਬਿਮਾਰੀ ਹੋ ਜਾਂਦੀ ਹੈ, ਗਲੇ 'ਚ ਖਰਾਸ਼ ਹੋਣ ਲੱਗਦੀ ਹੈ, ਅੱਖਾਂ 'ਚ ਜਲਨ ਹੋਣ ਲੱਗਦੀ ਹੈ, ਕਈ ਵਾਰ ਤਾਂ ਪਟਾਕੇ ਚਲਾਉਂਦਿਆਂ ਅਗਜਨੀ ਦੀਆਂ ਘਟਨਾਵਾਂ ਵੀ ਹੋ ਜਾਂਦੀਆਂ ਨੇ। ਫਿਰ ਇਹ ਖੁਸ਼ੀਆਂ ਤਾਂ ਨਹੀਂ? ਅਤੇ ਦੋਸਤੋ, ਫਿਰ ਕਿਉਂ ਨਾ ਇਸ ਵਾਰ ਖੁਸ਼ੀਆਂ ਦੇ ਤਿਉਹਾਰ ਨੂੰ ਖੁਸ਼ੀਆਂ ਨਾਲ ਹੀ ਮਨਾਈਏ, ਗ੍ਰੀਨ ਦੀਵਾਲੀ ਮਨਾਈਏ, ਪ੍ਰਦੂਸ਼ਣ ਰਹਿਤ ਪਟਾਕੇ ਚਲਾਈਏ, ਦੀਪਮਾਲਾ ਕਰੀਏ, ਪੌਦੇ ਉਗਾਈਏ ਅਤੇ ਖੁਸ਼ੀਆਂ ਵੰਡੀਏ।